ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਜ ਜਿਹਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਪਸ਼ੂ ਪਾਲਨ ਵਿਭਾਗ ਵਿੱਚ ਨਿਕਲੀ ਹੋਈ ਭਰਤੀ ਦੇ ਬਾਰੇ ਵਿੱਚ ਤੁਹਾਨੂੰ ਮੈਂ ਪੂਰੀ ਡਿਟੇਲ ਦੱਸਾਂਗਾ ਕਿ ਕਿਹੜੇ ਡਿਪਾਰਟਮੈਂਟ ਦੇ ਅੰਡਰ ਇਹ ਰਿਕਰੂਟਮੈਂਟ ਜਿਹੜੀ ਆਊਟ ਹੋਈ ਹੈ ਜੀ ਉਹ ਤੁਹਾਨੂੰ ਦੱਸਾਂਗਾ ਕੁਆਲਿਫੀਕੇਸ਼ਨ ਕੀ ਰਹੇਗੀ ਔਰ ਤੁਹਾਡੀ ਸੈਲਰੀ ਜਿਹੜੀ ਹੈ 25000 ਪਰ ਮੰਥ ਰਹੇਗੀ ਔਰ ਜੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਇਹਦੇ ਲਈ ਅਪਲਾਈ ਕਰ ਸਕਦੇ ਨੇ ਤੇ ਕਿੱਦਾਂ ਅਪਲਾਈ ਕਰਨਾ ਹੈ ਪੂਰੀ ਡਿਟੇਲ ਵਿੱਚ ਦੱਸਾਂਗਾ ਲੇਕਿਨ ਉਸ ਤੋਂ ਪਹਿਲਾਂ ਅਗਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਕੀ ਕੋਈ ਵੀ ਨੋਟੀਫਿਕੇਸ਼ਨ ਤੁਹਾਡੇ ਕੋਲ ਮਿਸ ਨਾ ਹੋ ਜਾਵੇ ਹਰ ਤਰ੍ਹਾਂ ਦੇ ਨੋਟੀਫਿਕੇਸ਼ਨ ਨੂੰ ਸਭ ਤੋਂ ਪਹਿਲਾਂ ਪਾਉਣ ਦੇ ਲਈ ਤੁਸੀਂ ਸਾਡੇ ਦੋਨਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਉਹਦਾ ਲਿੰਕ ਤੁਹਾਨੂੰ ਜਿਹੜਾ ਹੈ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜੇਗਾ ਤੁਸੀਂ ਹੋਮ ਪੇਜ ਤੇ ਜਾ ਕੇ ਵੀ ਚੈੱਕ ਕਰ ਪਾਉਗੇ ਔਰ ਦੱਸਣਾ ਚਾਹਾਂ ਗਾਇਸ ਤੋਂ ਇਲਾਵਾ ਹੋਰ ਕਈ ਰਿਕਰੂਟਮੈਂਟ ਡਿਡੀਆਂ ਨੇ ਪੰਜਾਬ ਦੇ ਵਿੱਚ ਆਊਟ ਹੋ ਚੁੱਕੇ ਨੇ ਸੈਂਟਰ ਦੇ ਸਟੇਟ ਦੇ ਅਲੱਗ-ਅਲੱਗ ਠੀਕ ਹੈ ਜੀ ਕੁਆਲਿਫਿਕੇਸ਼ਨ ਵਾਈਜ਼ ਤਾਂ ਮੈਂ ਉਹਦੀ ਵੀਡੀਓ ਬਣਾ ਕੇ ਵੀ ਆਪਣੇ ਚੈਨਲ ਦੇ ਉੱਪਰ ਅਪਡੇਟ ਕਰ ਚੁੱਕਾ ਹਾਂ ਤੇ ਤੁਸੀਂ ਜਾ ਕੇ ਚੈੱਕ ਕਰਕੇ ਉਹਨੂੰ ਅਪਲਾਈ ਕਰ ਸਕ ਨੂੰ ਸਬਸਕ੍ਰਾਈਬ ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਉਹਦੇ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦਾ ਹੈ ਨਵੇਂ-ਨਵੇਂ ਵੀਡੀਓ ਬਣਾਉਣ ਦੇ ਵਿੱਚ ਤੇ ਚਲੋ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਜੀ ਪੂਰੀ ਡਿਟੇਲ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਤੁਸੀਂ ਇਹਦੇ ਲਈ ਕਿੱਦਾਂ ਅਪਲਾਈ ਕਰਨਾ ਹੈ ਐਪਲੀਕੇਸ਼ਨ ਮੂਡ ਕੀ ਰਹੇਗਾ ਜੀ ਇਹ ਤੁਸੀਂ ਨੋਟੀਫਿਕੇਸ਼ਨ ਦੇਖ ਪਾ ਰਹੇ ਹੋ ਪੂਰਾ ਡਿਟੇਲਸ ਤੁਹਾਨੂੰ ਮੈਂ ਦੱਸਾਂਗਾ ਇਸ ਦੇ ਵਿੱਚ ਲਿਖਿਆ ਹੋਇਆ ਹੈ ਜਿਹੜੇ ਵੀ ਕੈਂਡੀਡੇਟ ਜਿਹੜੇ ਨੇ ਕੁਆਲੀਫਿਕੇਸ਼ਨ ਕ੍ਰਾਈਟੇਰੀਆ ਨੂੰ ਫੁੱਲਫਿਲ ਕਰਦੇ ਨੇ ਉਹਨਾਂ ਨੇ ਆਪਣੇ ਜਿਹੜੇ ਬਾਇਓ ਡਾਟਾ ਹੈਗਾ ਨਾਲ ਤੁਹਾਡੇ ਜਿੰਨੀਆਂ ਵੀ ਸਰਟੀਫਿਕੇਟ ਕਾਪੀ ਚਾ ਐਕਸਪੀਰੀ ਦੇ ਐਡਰੈਸ ਦੇ ਉੱਪਰ ਇੱਕ ਦਿਨ ਪਹਿਲਾਂ ਜਿਹੜਾ ਤੁਸੀਂ ਉਹ ਜਿਹੜੇ ਜਾ ਕੇ ਸਬਮਿਟ ਕਰਵਾਣੇ ਨੇ ਔਰ ਇਧਰ ਤੁਹਾਡੀ ਰਿਜੈਕਸ਼ਨ ਹੋਏਗੀ ਜੀ ਉਹ ਇੰਟਰਵਿਊ ਬੇਸਿਸ ਤੇ ਹੀ ਹੋਏਗੀ ਜਿਹੜੀ ਕਿ 16 10 2020 ਨੂੰ ਹੋਏਗੀ ਸਵੇਰ 10:30 ਵਜੇ ਔਰ ਇਤੋ ਵੀ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਤੁਸੀਂ ਕੋਈ ਅਗਰ ਕੋਈ ਵੀ ਐਪਲੀਕੇਸ਼ਨ ਜਿਹੜਾ ਇਨਕੰਪਲੀਟ ਹੋਏਗਾ ਜਾਂ ਅਨਸਪੋਰਟਡ ਹੋਏਗਾ ਤਾਂ ਉਹਨਾਂ ਦੀ ਰਿਜੈਕਸ਼ਨ ਹੋ ਜਾਏਗੀ ਠੀਕ ਹੈ ਜੀ ਔਰ ਇਸ ਦੇ ਵਿੱਚ ਕੋਈ ਵੀ ਇਨਟੀਏ ਜਾਂ ਡੀਏ ਜਿਹੜਾ ਕੈਂਡੀਡੇਟ ਨੂੰ ਨਹੀਂ ਦਿੱਤਾ ਜਾਏਗਾ ਜੀ ਔਰ ਇਸ ਦੇ ਵਿੱਚ ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਕੀ ਤੁਹਾਡੀ ਜੌਬ ਪੌਂਸਿਬਿਲਿਟੀ ਰਹੇਗੀ ਸੈਲਰੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ 25000 ਪਰ ਮੰਥ ਰਹੇਗੀ ਜੀ ਠੀਕ ਹੈ ਜੀ ਔਰ ਇਸ ਦੇ ਵਿੱਚ ਜਿਹੜੀ ਤੁਹਾਡੀ ਪੋਸਟਾਂ ਆਊਟ ਹੋਈਆਂ ਨੇ ਉਹ ਹੀ ਆ ਨੇ ਵੈਟਰਨਰੀ ਆਫੀਸਰ ਦੀ ਦੋ ਪੋਸਟਾਂ ਆਊਟ ਹੋਈਆਂ ਨੇ ਔਰ ਜੋ ਜਿਹੜੀ ਕੁਆਲਿਫਿਕੇਸ਼ਨ ਰਹੇਗੀ ਜੀ ਤੁਹਾਨੂੰ ਉਹ ਦੱਸ ਦਿੰਨਾ ਹੈ ਉਹ ਤੁਸੀਂ ਮੈਂਸ਼ਨ ਕੀਤੀ ਹੋਈ ਇਹਨਾਂ ਨੇ ਦੇਖੋ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਇਹ ਕੁਆਲਿਫੀਕੇਸ਼ਨ ਨੂੰ ਅਗਰ ਤੁਸੀਂ ਫੁੱਲਫਿਲ ਕਰਦੇ ਹੋ ਤਾਂ ਅਪਲਾਈ ਕਰ ਸਕਦੇ ਹੋ ਪਲੱਸ ਇਹਦੇ ਵਿੱਚ ਨੌਲੇਜ ਜਿਹੜੀ ਪੰਜਾਬੀ ਦੀ میٹرਿਕ ਲੈਵਲ ਤੇ ਹੋਣੀ ਜ਼ਰੂਰੀ ਹੈ ਠੀਕ ਹੈ ਜੀ ਔਰ ਸਬਜੈਕਟ ਜਿਹੜੇ ਤੁਹਾਡੇ ਪੰਜਾਬੀ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਹੈ ਕਿ ਰਿਲੈਕਸੇਸ਼ਨ ਜਿਹੜੀ ਇਹ ਦਿੱਤੀ ਜਾ ਸਕਦੀ ਹੈ ਪੰਜਾਬੀ ਦੇ ਲਈ ਵੀ ਲੇਕਿਨ ਉਹਦੇ ਲਈ ਕੈਂਡੀਡੇਟ ਜਿਹੜਾ ਡਿਸਰਵਿੰਗ ਹੋਣਾ ਚਾਹੀਦਾ ਹੈ ਠੀਕ ਹੈ ਜੀ ਔਰ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਦੱਸਿਆ ਹੈ ਕਿ ਜੌਬ ਰਿਸਪੌਂਸਿਬਿਲਟੀ ਰਹੇਗੀ ਐਟ OPD اٹੈਂਡ ਕਰਨਾ ਠੀਕ ਹੈ ਜੀ ਐਮਰਜੈਂਸੀ ਕਲੀਅਰਿੰਗ ਕੇਸਿਸ ਜ ਅਟੈਂਡ ਕਰਨੇ ਪੈਣਗੇ ਉਹਨਾਂ ਨੂੰ ਠੀਕ ਹੈ ਜੀ ਜਿਨੇ ਵੀ ਕਲੀਨਿਕਾਂ ਕੇਸਿਸ ਆਣਗੇ ਉਹ ਅਟੈਂਡ ਕਰਨੇ ਪੈਣਗੇ ਉਹਨਾਂ ਨੂੰ ਠੀਕ ਹੈ ਜੀ ਔਰ ਰਜਿਸਟ੍ਰੇਸ਼ਨ ਕੇਸਿਸ ਜਿਹੜੇ ਹੋਣਗੇ ਉਹ ਮੈਡੀਸਿਨ ਡਿਸਪੈਂਸਿਸ ਠੀਕ ਹੈ ਜੀ ਮੈਡੀਸਿਨ ਟ੍ਰੀਟ ਮੈਡੀਕਲ ਟ੍ਰੀਟਮੈਂਟਸ ਉਹ ਵੀ ਉਹਨਾਂ ਨੂੰ ਜਿਹੜੇ ਅਟੈਂਡ ਕਰਨੇ ਪੈਣਗੇ ਠੀਕ ਹੈ ਜੀ ਔਰ ਜਿਹੜੀ ਵੀ ਉਹਨਾਂ ਨੂੰ ਹੋਰ ਕੋਈ ਡਿਊਟੀ ਜਿਹੜੀ ਟਾਈਮ ਟੂ ਟਾਈਮ ਅਸਾਈਨ ਹੋਏਗੀ ਉਹ ਵੀ ਕਰਨੀ ਪਏਗੀ ਸੋ ਇਹ ਜਿਹੜੀ ਰਿਕਰੂਟਮੈਂਟ ਆਊਟ ਹੋਈ ਹੈ ਜੀ ਉਹ ਤੁਹਾਨੂੰ ਦੱਸ ਦਿੰਨਾ ਹੈ ਉਹ ਹੋਈ ਹੈ ਜੀ ਡਿਪਾਰਟਮੈਂਟ ਆਫ ਟੀਚਿੰਗ ਵੈਟਰਨਰੀ ਕਲੀਨਿਕ ਕੰਪਲੈਕਸ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਔਰ ਤੁਸੀਂ ਜਿਹੜੇ ਆਪਣੇ ਐਪਲੀਕੇਸ਼ਨਸ ਨੇ ਉੱਥੇ ਹੀ ਸਬਮਿਟ ਕਰਵਾਣੇ ਨੇ ਠੀਕ ਹੈ ਜੀ ਔਰ ਇਸ ਦੇ ਇਹ ਜਿਹੜੇ ਇੰਟਰਵਿਊ ਦੇ ਰਿਲੇਟਡ ਕੋਈ ਵੀ ਨੋਟੀਫਿਕੇਸ਼ਨ ਹੋਏਗਾ ਆਪਣੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਅਪਡੇਟ ਕਰ ਦੇਣਗੇ ਉਸ ਦਾ ਲਿੰਕ ਵੀ ਤੁਹਾਨੂੰ ਡੇਸਕ੍ਰਿਪਸ਼ਨ ਦੇ ਦਾਂਗੇ ਤੇ ਮਿਲਾਂਗੇ ਜੀ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ